ਪਰ ਜੀ ਸੱਚ ਦੀ ਅਕਾਲ ਕਿਵੇਂ ਹੋ ਸਾਰੇ ਹੋਪਫੁਲੀ ਸਾਰੇ ਵਧੀਆ ਹੀ ਹੋਣਗੇ ਅੱਜ ਦੀ ਵੀਡੀਓ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਟ੍ਰਾਂਜ਼ਿਟ ਦੇ ਟੌਪਿਕ ਤੇ ਲੈ ਕੇ ਟ੍ਰਾਂਜ਼ਿਟ ਕਿਹਾ ਜਾਂਦਾ ਵਾ ਇੱਥੋਂ ਦੇ ਪਬਲਿਕ ਟਰਾਂਸਪੋਰਟ ਨੂੰ ਜਿਵੇਂ ਕਿ ਭਾਵੇਂ ਬੱਸ ਟਰੈਵਲ ਹੋ ਗਿਆ ਟ੍ਰੇਨ ਟਰੈਵਲ ਹੋ ਗਿਆ ਐਂਡ ਈਵਨ ਲਾਈਕ ਸੀ ਟਰੈਵਲ ਹੋ ਗਿਆ ਐਕਚੁਅਲੀ ਇਹ ਵੀਡੀਓ ਬਣਾਉਣ ਦਾ ਪਰਪਸ ਹੈ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਾਉਣਾ ਕਿਉਂਕਿ ਕਾਫੀ ਜਾਣੇ ਨਵੇਂ ਬੈਚਸ ਦੇ ਵਿੱਚ ਆ ਰਹੇ ਨੇ ਤੇ ਬੀਸੀ ਦੇ ਵਿੱਚ ਕਿਸੇ ਨੇ ਯੂਟਿਊਬ ਤੇ ਆਵਲੀ ਵੀਡੀਓ ਨਹੀਂ ਪਾਈ ਕਿ ਕਿਵੇਂ ਕੰਪਸ ਕਾਰਡ ਕਿਵੇਂ ਬਣਾਉਣਾ ਵਾ ਪੁਆਇੰਟ ਏ ਟੂ ਪੁਆਇੰਟ ਬੀ ਕਿਵੇਂ ਜਾਣਾ ਵਾ ਥ੍ਰੀ ਜ਼ੋਨ ਵੱਖਰੇ ਹੁੰਦੇ ਨੇ ਕਿੱਥੇ ਜਾ ਕੇ ਬਣਾਉਣਾ ਵਾ ਕਿੱਥੇ ਅਪਲਾਈ ਕਰਨਾ ਵਾ ਤੇ ਆਪਾਂ ਆਹ ਸਾਰੇ ਟੌਪਿਕਸ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਸੋ ਐਂਡ ਤੱਕ ਜ਼ਰੂਰ ਇਸ ਵੀਡੀਓ ਦੇ ਬਣੇ ਰਹੋ ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਹੈ ਇਸ ਵੀਡੀਓ ਦੇ ਵਿੱਚ ਸੋ ਸਟੇ ਟਿਊਨ ਸੋ ਟ੍ਰਾਂਜ਼ਿਟ ਕਹਿੰਦੇ ਕਿਹਨੂੰ ਆ ਸੋ ਆਪਾਂ ਥੋੜਾ ਜਿਹਾ ਓਵਰਵਿਊ ਲੈਣੇ ਆ ਟ੍ਰਾਂਜ਼ਿਟ ਇੱਥੋਂ ਦਾ ਪਬਲਿਕ ਟਰਾਂਸਪੋਰਟ ਆ ਜਿਹਦੇ ਵਿੱਚ ਕਿ ਬੱਸਿਸ ਸਕਾਈ ਟ੍ਰੇਨ ਐਂਡ ਸੀ ਬੱਸਿਸ ਕਵਰ ਹੁੰਦੀਆਂ ਨੇ ਪ੍ਰੋਪਰ ਨੈਟਵਰਕ ਫੈਲਿਆ ਹੋਇਆ ਵਾ ਸਭ ਤੋਂ ਬੈਸਟ ਟਰਾਂਸਪੋਰਟੇਸ਼ਨ ਜਿਹੜੀ ਸਾਰਿਆਂ ਨੂੰ ਲੱਗਦੀ ਹੈਗੀ ਆ ਸਕਾਈ ਟ੍ਰੇਨ ਜਿਹੜੀ ਤੁਹਾਨੂੰ ਸਰੀ ਤੋਂ ਲੈ ਕੇ ਵੈਂਕੂਵਰ 30 ਟੂ 40 ਮਿੰਟਸ ਦੇ ਵਿੱਚ ਤੁਸੀਂ ਵੈਂਕੂਵਰ ਤੱਕ ਜਾ ਸਕਦੇ ਹੋ ਜਿੱਥੇ ਕਿ ਜੇ ਤੁਸੀਂ ਕਾਰ ਯੂਜ਼ ਕਰਦੇ ਹੋ ਥੋੜਾ ਵੱਧ ਕਨਵੀਨੀਅੰਟ ਲੱਗੇਗਾ ਬਟ ਸਰੀ ਦੇ ਵੱਧਦੇ ਹੋਏ ਟ੍ਰੈਫਿਕ ਐਂਡ ਵੈਂਕੂਵਰ ਦੇ ਵੱਧਦੇ ਹੋਏ ਟ੍ਰੈਫਿਕ ਵਿੱਚ ਤੁਹਾਨੂੰ 1 ਘੰਟਾ ਲੱਗ ਜਾਏਗਾ ਸਕਾਈ ਟ੍ਰੇਨ ਐਂਡ ਟ੍ਰਾਂਜ਼ਿਟ ਤੋਂ ਜ਼ਿਆਦਾ ਟਾਈਮ ਹਮੇਸ਼ਾ ਲੱਗੇਗਾ ਲਾਈਕ ਇਟਸ ਮੋਰ ਦੈਨ 1 ਆਵਰ ਆਲਵੇਸ ਔਨ ਅ ਕਾਰ ਵੈਂਕੂਵਰ ਜਦ ਤੁਸੀਂ ਸ਼ਿਫਟ ਲਾਣ ਜਾਣਾ ਵਾ ਪਬਲਿਕ ਟਰਾਂਸਪੋਰਟੇਸ਼ਨ ਸੌਖੀ ਦਿੰਦੀ ਆ ਇਹ ਤੇ ਹੋ ਗਿਆ ਜੀ ਓਵਰਵਿਊ ਕਿ ਕਿੰਨੇ ਤਰ੍ਹਾਂ ਦੇ ਪਬਲਿਕ ਟਰਾਂਸਪੋਰਟੇਸ਼ਨਸ ਨੇ ਬਟ ਇਹਨਾਂ ਤੇ ਟਰੈਵਲ ਕਰਨ ਲਈ ਤੁਹਾਨੂੰ ਕੀ ਚਾਹੀਦਾ ਵਾ ਤੁਹਾਨੂੰ ਚਾਹੀਦਾ ਹੁੰਦਾ ਵਾ ਕੰਪਸ ਕਾਰਡ ਜਿਹਦਾ ਹੁਣ ਤੁਹਾਨੂੰ ਦੱਸਦਾ ਕਿਵੇਂ ਲਈਦਾ ਵਾ ਹੁਣ ਆਉਂਦੇ ਹਾਂ ਜੀ ਸਭ ਤੋਂ ਮੇਨ ਗੱਲ ਤੇ ਕਿ ਕੰਪਸ ਕਾਰਡ ਹੈ ਕੀ ਇਹਨੂੰ ਬਣਾਉਣਾ ਕਿਵੇਂ ਆ ਤੇ ਕਿੱਥੋਂ ਮਿਲਦਾ ਹੈ ਚਲੋ ਦੱਸੋ ਜੀ ਰਾਜੀ ਸੋ ਦੋ ਤਰ੍ਹਾਂ ਦੇ ਕਾਰਡ ਹੁੰਦੇ ਆ ਬਲੂ ਕਾਰਡ ਐਂਡ ਔਰੇਂਜ ਕਾਰਡ ਬਲੂ ਕਾਰਡ ਹੈ ਜਿਹੜਾ ਇੱਕ ਨਾਰਮਲ ਕਾਰਡ ਹੈ ਜਿਹੜਾ ਕਿ ਸਾਰੇ ਯੂਜ਼ ਕਰਦੇ ਨੇ ਐਂਡ ਔਰੇਂਜ ਵਾਲੇ ਕਾਰਡ ਦਾ ਨਾਮ ਹੈਗਾ ਕਨਸੈਸ਼ਨ ਕਾਰਡ ਜਿਹੜਾ ਕਿ 18 ਸਾਲ ਤੋਂ ਘੱਟ ਐਂਡ 65 ਇਅਰਸ ਤੋਂ ਉੱਪਰ ਵਾਲੇ ਨੂੰ ਮਿਲਦਾ ਸੋ ਇਹ ਕਾਰਡ ਲੈਣੇ ਕਿੱਥੋਂ ਆ ਇਹ ਕਾਫੀ ਸਟੋਰਸ ਤੋਂ ਮਿਲਦਾ ਹੈ ਫੋਰ ਐਗਜ਼ਾਮਪਲ ਸਰਕਲ ਕੇ ਸੇਵ ਔਨ ਫੂਡ ਸ਼ਾਪਰ ਡਰਗ ਮਾਰਟ ਐਂਡ ਇਦਾਂ ਦੇ ਬਹੁਤ ਸਾਰੇ ਸਟੋਰਸ ਨੇ ਜਿੱਥੇ ਇਹ ਅਵੇਲੇਬਲ ਹੋ ਜਾਏਗਾ ਸੋ ਇਸ ਕੰਪਸ ਕਾਰਡ ਨੂੰ ਆਪਾਂ ਦੋ ਕੈਟੇਗਰੀ ਵਿੱਚ ਵੰਡ ਸਕਦੇ ਹਾਂ ਇੱਕ ਨਾਰਮਲ ਜਨਰਲ ਪਬਲਿਕ ਲਈ ਤੇ ਇੱਕ ਸਟੂਡੈਂਟਸ ਲਈ ਸੋ ਐਨੀ ਫਰਦਰ ਐਕਸਪਲੇਨੇਸ਼ਨ ਦੇਣਗੇ ਰਾਜਨ ਜੀ ਕਿਉਂਕਿ ਮੈਂ ਇੱਥੇ ਬੀਸੀ ਦੇ ਵਿੱਚ ਜ਼ਿਆਦਾ ਟ੍ਰਾਂਸਲੇਟ ਤੇ ਟਰੈਵਲ ਨਹੀਂ ਕੀਤਾ ਬੇਸਿਕਲੀ ਇਹ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਦੇ ਪਾਏਗਾ ਸੋ ਇਹੀ ਬੋਲੇਗਾ ਮੈਂ ਵੈਂਕੂਵਰ ਜੀ ਆਪਣਾ ਸਟੂਡੈਂਟ ਲਾਈਫ ਸਟਾਰਟ ਕੀਤੀ ਸੀਗੀ ਸੋ ਕਹਿ ਸਕਦੇ ਹੋ 2 ਸਾਲ 2.5 ਸਾਲ ਪੂਰਾ ਇੰਜੋਏ ਕੀਤਾ ਹੈ ਟ੍ਰਾਂਸਲੇਟ ਭਾਵੇਂ ਤੁਸੀਂ ਕਹਿ ਰਹੇ ਹੋ ਬੱਸਾਂ ਤੱਕ ਹੀ ਖਾਦੇ ਆ ਬਟ ਇਹ ਵੀ ਇੱਕ ਫਨ ਲਾਈਫ ਆ ਸੋ ਇਹਨੂੰ ਆਪਾਂ ਐਕਸਪਲੇਨ ਕਰਦੇ ਹਾਂ ਜਿਹੜਾ ਇਹ ਕਾਰਡ ਅੱਜ ਆਪਾਂ ਬਲੂ ਕਾਰਡ ਦੇ ਬਾਰੇ ਜ਼ਿਆਦਾ ਬੋਲਾਂਗੇ ਆਪਾਂ ਕਨਸੈਸ਼ਨ ਕਾਰਡ ਬਾਰੇ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ ਕਾਜ਼ ਦੈਟ ਇਜ਼ ਫੋਰ ਲਾਈਕ 18 ਅੰਡਰ ਸੋ ਮੇਰੇ ਹਿਸਾਬ ਨਾਲ ਆਪਣੀ ਮੋਸਟਲੀ ਆਡੀਅੰਸ ਐਂਡ ਸਟੂਡੈਂਟਸ 18 ਪਲੱਸ ਹੁੰਦੇ ਆ ਸੇ ਪਲੱਸ 2 ਕਰਕੇ ਆ ਰਹੇ ਨੇ ਆਪਾਂ ਪਲੱਸ 2 ਕਰਕੇ ਆ ਰਹੇ ਆ ਸੋ ਆਪਾਂ ਬੋਲਦੇ ਆ ਬਲੂ ਕਾਰਡ ਬਾਰੇ ਸੋ ਜਿਹੜਾ ਬਲੂ ਕਾਰਡ ਆਪਾਂ ਦੱਸਦਾ ਤੁਹਾਨੂੰ ਮਿਲਦਾ ਕਿੱਥੋਂ ਆ ਇਹਨੂੰ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੈਬਸਾਈਟ ਦਾ ਲਿੰਕ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਟਾਈਮ ਤੇ ਇਹ ਡਿਸਕ੍ਰਿਪਸ਼ਨ ਚ ਵੀ ਮਿਲ ਜਾਏਗਾ ਤੁਹਾਨੂੰ ਵੀਡੀਓ ਦੇ ਸੋ ਆਨਲਾਈਨ ਜਾਣ ਦਾ ਕੀ ਫਾਇਦਾ ਵਾ ਜਦੋਂ ਆਨਲਾਈਨ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਅਕਾਊਂਟ ਕ੍ਰੀਏਟ ਕਰਦੇ ਹੋ ਉਹ ਇਹ ਸਿੰਪਲ ਜੀ ਗੱਲ ਆ ਦੈਟ ਇਜ਼ ਵਨ ਆਫ ਦ ਵੇਜ਼ ਯੂ ਕੈਨ ਰੀਚਾਰਜ ਦ ਕਾਰਡ ਦੈਟਸ ਨਾਟ ਦ ਓਨਲੀ ਵੇ ਬਟ ਦੈਟਸ ਦ ਮੋਸਟ ਈਜ਼ੀਐਸਟ ਵੇ ਸਭ ਤੋਂ ਸੌਖਾ ਇਹਨੂੰ ਰੀਚਾਰਜ ਕਰਨਾ ਇਹੀ ਹੈ ਕਿ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਅਕਾਊਂਟ ਕ੍ਰੀਏਟ ਕਰੋ ਐਂਡ ਉਸ ਅਕਾਊਂਟ ਦੇ ਅੰਦਰ ਜਾ ਕੇ ਜਿਹੜਾ ਕਿ ਤੁਸੀਂ ਹੁਣੇ ਕਾਰਡ ਖਰੀਦਿਆ ਵਾ ਬਲੂ ਕਲਰ ਦਾ ਉਹਨੂੰ ਉੱਥੇ ਕਨੈਕਟ ਕਰਨਾ ਵਾ ਇਟਸ ਵੈਰੀ ਸਿੰਪਲ ਸਟੈਪ ਉੱਥੇ ਬਹੁਤ ਈਜ਼ੀ ਤਰ੍ਹਾਂ ਸਮਝਾਇਆ ਗਿਆ ਵਾ ਕਾਰਡ ਦਾ ਨੰਬਰ ਉੱਥੇ ਅਕਾਊਂਟ 'ਚ ਪਾਉਣਾ ਐਂਡ ਉਹ ਵਾਲਾ ਕਾਰਡ ਤੁਹਾਡਾ ਆਨਲਾਈਨ ਕਨੈਕਟ ਹੋ ਗਿਆ ਹੁਣ ਅਗਲਾ ਫਾਇਦਾ ਕੀ ਹੈ ਜਦੋਂ ਕਾਰਡ ਕਨੈਕਟ ਹੋ ਚੁੱਕਿਆ ਵਾ ਤੁਸੀਂ ਆਪਣਾ ਅਕਾਊਂਟ ਰੀਚਾਰਜ ਕਰਾ ਸਕਦੇ ਹੋ ਪੈਸਿਆਂ ਦੇ ਨਾਲ ਉਹ ਪੈਸੇ ਉਹ ਕਨੈਕਟਡ ਕਾਰਡ ਦੇ ਅੰਦਰ ਆ ਜਾਣਗੇ ਇਹ ਸੀਗੀ ਜਨਰਲ ਪਬਲਿਕ ਲਈ ਜਿਹਦੇ ਵਿੱਚ ਕਿ ਆਪਾਂ ਪੈਸੇ ਐਡ ਕਰਦੇ ਹਾਂ ਐਂਡ ਸਟੂਡੈਂਟਸ ਲਈ ਇਹ ਥੋੜਾ ਜਿਹਾ ਡਿਫਰੈਂਟ ਆ ਮੈਂ ਕਹੂੰਗਾ ਥੋੜਾ ਜਿਹਾ ਲਾਈਕ ਇਟਸ ਬੈਟਰ ਫਾਰ ਸਟੂਡੈਂਟਸ ਬਿਕਾਜ਼ ਇਟਸ ਚੀਪ ਫਾਰ ਸਟੂਡੈਂਟਸ ਟੂ ਸੋ ਇੱਥੋਂ ਦੀ ਬੀਸੀ ਦੀ ਇਹ ਗੱਲ ਬਹੁਤ ਵਧੀਆ ਵਾ ਕਿ ਸਟੂਡੈਂਟਸ ਲਈ ਜਿਹੜੇ ਇਹ ਕਾਰਡ ਆ ਇਟਸ ਵੈਰੀ ਚੀਪ ਜਦੋਂ ਤੁਸੀਂ ਆਪਣੀ ਇੱਕ ਸਮੈਸਟਰ ਦੀ ਫੀਸ ਪੇ ਕਰਦੇ ਹੋ ਕਾਲਜ ਜਾਂ ਯੂਨੀਵਰਸਿਟੀ ਦੇ ਅੰਦਰ ਤਾਂ ਛੋਟਾ ਜਿਹਾ ਕੱਟ ਇਹਦੇ ਲਈ ਹੁੰਦਾ ਵਾ ਉਹ ਇਹ ਚਾਰਜ ਕਰਦੇ ਆ ਸਟੂਡੈਂਟਸ ਲਈ ਬਟ ਇਹਦੇ ਪ੍ਰਾਈਸ ਬਹੁਤ ਕਨਵੀਨੀਅੰਟ ਆ ਇਟਸ ਲਾਈਕ 3 ਟਾਈਮਸ ਔਰ ਲਾਈਕ ਈਵਨ 4 ਟਾਈਮਸ ਲੈਸ ਦੈਨ ਦ ਐਕਚੁਅਲ ਪ੍ਰਾਈਸ ਕਿ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਡਿਸਕਾਊਂਟ ਮਿਲਦਾ ਵਾ ਐਂਡ ਇਹ ਆਟੋਮੈਟਿਕ ਤੁਹਾਡੀ ਫੀਸ 'ਚੋਂ ਕੱਟਿਆ ਜਾਂਦਾ ਵਾ ਸੋ ਜ਼ਿਆਦਾ ਪਤਾ ਨਹੀਂ ਲੱਗਦਾ ਐਂਡ ਇੱਕ ਵਾਰੀ ਸਮੈਸਟਰ ਦਾ ਪੇ ਕੀਤਿਆਂ ਤੁਹਾਡਾ ਇੱਕ ਕਾਰਡ 4 ਮਹੀਨੇ ਲਈ ਵੈਲਿਡ ਹੁੰਦਾ ਜਦੋਂ ਤੁਸੀਂ ਆਨਲਾਈਨ ਜਾਓਗੇ ਉੱਥੇ ਇੱਕ ਡਿਫਰੈਂਟ ਕੈਟੇਗਰੀ ਹੋਊਗੀ ਸਟੂਡੈਂਟਸ ਲਈ ਬਟ ਇਟਸ ਵੈਰੀ ਸਿੰਪਲ ਸਟੈਪਸ ਸੇਮ ਇਹੀ ਕਰਨਾ ਵਾ ਜਾਣਾ ਵਾ ਆਪਣੇ ਸਟੂਡੈਂਟ ਦਾ ਅਕਾਊਂਟ ਖੋਲ੍ਹਣਾ ਵਾ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਕਾਰਡ ਰਜਿਸਟਰ ਕਰਨਾ ਇਨਸਟੈਡ ਆਫ ਐਡਿੰਗ ਮਨੀ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਤੁਸੀਂ ਉੱਥੇ ਜਾ ਕੇ ਸਿਰਫ ਆਪਣਾ ਯੂਨੀਵਰਸਿਟੀ ਜਾਂ ਕਾਲਜ ਦਾ ਨਾਮ ਸਿਲੈਕਟ ਕਰਨਾ ਫਰਦਰ ਔਨ ਇੱਕ ਪੇਜ ਖੁੱਲੇਗਾ ਉਹ 'ਚ ਆਪਣੀ ਸਟੂਡੈਂਟ ਆਈ ਡੀ ਜਿਹੜੀ ਤੁਹਾਨੂੰ ਮਿਲ ਜਾਏਗੀ ਜਿਹੜੇ ਉੱਥੇ ਪੰਜਾਬ 'ਚ ਬੈਠੇ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਹੌਲੀ ਹੌਲੀ ਸਭ ਪਤਾ ਲੱਗ ਜਾਏਗਾ ਕਿ ਤੁਹਾਨੂੰ ਸਟੂਡੈਂਟ ਆਈ ਡੀ ਮਿਲੇਗੀ ਤੁਹਾਡੇ ਕ੍ਰੈਡੈਂਸ਼ੀਅਲਸ ਹੋਣਗੇ ਸੋ ਦੈਟ ਤੁਸੀਂ ਕਾਲਜ ਦਾ ਅਕਾਊਂਟ ਐਕਸੈਸ ਕਰ ਸਕੋ ਆਪਣੇ ਕਾਲਜ ਦਾ ਅਕਾਊਂਟ ਸੋ ਇਹ ਦੋਵੇਂ ਚੀਜ਼ਾਂ ਇੱਥੇ ਜੁੜੀਆਂ ਹੋਈਆਂ ਨੇ ਸਟੂਡੈਂਟਸ ਲਈ ਜਦੋਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣੇ ਸਟੂਡੈਂਟ ਦੇ ਅਕਾਊਂਟ 'ਚ
ਪਰ ਸਿੰਪਲੈਸਟ ਗੋ ਬੈਕ ਟੂ ਯੋਰ ਅਕਾਊਂਟ ਆਪਣਾ ਲੌਗਇਨ ਕਰੋ ਉਹ ਜਿਹੜਾ ਕਾਰਡ ਕਨੈਕਟ ਆ ਉਹਨੂੰ ਡਿਸਕਨੈਕਟ ਕਰ ਦਿਓ ਐਂਡ ਨਵਾਂ ਕਾਰਡ ਬਾਏ ਕਰਕੇ ਉਹਨੂੰ ਕਨੈਕਟ ਕਰ ਦਿਓ ਤੁਹਾਡੇ ਪੈਸੇ ਸੇਵ ਦੇ ਸੇਵ ਆ ਇੱਕਦਮ ਤੁਹਾਨੂੰ ਸਾਰਾ ਕੁਝ ਸੁਣ ਕੇ ਤੁਸੀਂ ਓਵਰਵੈਲਮ ਹੋ ਰਹੇ ਹੋਵੋਗੇ ਨੌਲੇਜ ਨਾਲ ਪਰ ਇਹ ਵੀਡੀਓ ਨੂੰ ਤੁਸੀਂ ਸੇਵ ਕਰ ਲਓ ਤੁਸੀਂ ਬਾਰ ਬਾਰ ਦੇਖ ਲਓ ਇੱਕ ਵਾਰ ਆ ਕੇ ਤੁਹਾਡੀ ਹੈਲਪ ਹੋ ਜੂਗੀ ਟੇਕ 3 ਐਕਸ਼ਨ ਇੱਕ ਹੋਰ ਟਿਪ ਦਾ ਟਾਈਮ ਹੈ ਫੋਰ ਐਗਜ਼ਾਮਪਲ ਤੁਸੀਂ ਟਰੈਵਲ ਕਰ ਰਹੇ ਹੋ ਪੁਆਇੰਟ ਏ ਨਿਊਟਨ ਤੋਂ ਪੁਆਇੰਟ ਬੀ ਸਰੀ ਸੈਂਟਰ ਠੀਕ ਹੈ ਓਕੇ ਜਦੋਂ ਤੁਸੀਂ ਇੱਦਾਂ ਟਰੈਵਲ ਕਰ ਰਹੇ ਹੋਵੋਗੇ ਕਨਫਿਊਜ਼ ਨਾ ਹੋਇਓ ਫੋਰ ਐਗਜ਼ਾਮਪਲ 340 ਨੰਬਰ ਬੱਸ ਜਿਹੜੀ ਨਿਊਟਨ ਟੂ ਸਰੀ ਸੈਂਟਰ ਚੱਲ ਰਹੀ ਹੋਏਗੀ ਉਹਦਾ ਨੰਬਰ ਵੀ 340 ਹੋਏਗਾ ਅਤੇ ਜਿਹੜੀ ਪੁਆਇੰਟ ਬੀ ਟੂ ਪੁਆਇੰਟ ਏ ਚੱਲ ਰਹੀ ਹੈ ਸਰੀ ਸੈਂਟਰ ਟੂ ਨਿਊਟਨ ਚੱਲ ਰਹੀ ਹੈ ਉਹਦਾ ਨੰਬਰ ਵੀ 340 ਹੋਏਗਾ ਸੋ ਤੁਸੀਂ ਰੂਟ ਦੇ ਹਿਸਾਬ ਨਾਲ ਦੇਖਣਾ ਵਾ ਹੁਣ ਇਹਦੇ ਵਿੱਚ ਸਿਰਫ ਇੱਕ ਫਰਕ ਹੋਏਗਾ ਦੋਵਾਂ ਦੇ ਨੰਬਰ ਸੇਮ ਹੋਣਗੇ ਬਟ ਜਿਹੜੀ ਪੁਆਇੰਟ ਏ ਟੂ ਪੁਆਇੰਟ ਬੀ ਚੱਲ ਰਹੀ ਹੋਏਗੀ ਉਹਨੇ ਪੁਆਇੰਟ ਬੀ ਦਾ ਨਾਂ ਲਿਖਣਾ ਟੂ ਸਰੀ ਸੈਂਟਰ ਅਤੇ ਜਿਹੜੀ ਸਰੀ ਸੈਂਟਰ ਟੂ ਉੱਧਰ ਚੱਲ ਰਹੀ ਹੋਏਗੀ ਉਹਨੇ ਲਿਖਣਾ 340 ਟੂ ਨਿਊਟਨ ਸਟੇਸ਼ਨ ਸਿਰਫ ਇੰਨਾ ਫਰਕ ਹੋਏਗਾ ਇਹ ਬਹੁਤ ਸਟੂਡੈਂਟਸ ਨਾਲ ਹੋ ਚੁੱਕਿਆ ਵਾ ਗਲਤ ਬੱਸਿਸ ਦੇ ਵਿੱਚ ਬਹਿਣਾ ਗਲਤ ਟ੍ਰਾਂਸਿਟ ਦੇ ਵਿੱਚ ਬਹਿਣਾ ਬਹੁਤ ਕਾਮਨ ਮਿਸਟੇਕ ਆ ਹੋ ਜਾਂਦੀ ਹੈ ਸੋ ਇਹਦਾ ਧਿਆਨ ਰੱਖਿਓ ਸੋ ਹੁਣ ਤੁਹਾਨੂੰ ਐਕਸਪਲੇਨ ਕਰਦੇ ਹਾਂ ਕਿ ਇਹਨੂੰ ਯੂਜ਼ ਕਿਵੇਂ ਕਰਨਾ ਵਾ ਸਭ ਤੋਂ ਪਹਿਲਾਂ ਟ੍ਰਾਂਸਿਟ ਨੂੰ ਯੂਜ਼ ਕਰਨ ਲਈ ਇਹਦਾ ਇੱਕ ਐਪ ਆਉਂਦਾ ਵਾ ਉਹਦਾ ਨਾਮ ਹੈਗਾ ਟ੍ਰਾਂਸਿਟ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਇਹ ਵਾਲਾ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਡੈਸਟੀਨੇਸ਼ਨ ਪਾਉਣੀ ਹੈ ਲਾਈਵ ਲੋਕੇਸ਼ਨ ਤੁਹਾਡੀ ਚੱਕ ਲੈਂਦਾ ਵਾ ਉਸ ਤੋਂ ਬਾਅਦ ਤੁਸੀਂ ਡੈਸਟੀਨੇਸ਼ਨ ਪਾਉਣੀ ਤੁਸੀਂ ਜਾਣਾ ਕਿੱਥੇ ਆ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗਲੀ ਮਲਟੀਪਲ ਆਪਸ਼ਨਸ ਸ਼ੋਅ ਹੋਣਗੀਆਂ ਕਿਹੜੀ ਬੱਸ ਜਾ ਰਹੀ ਆ ਕਿੰਨੇ ਟਾਈਮ 'ਚ ਜਾ ਰਹੀ ਆ ਐਂਡ ਕਿੰਨੇ ਟਾਈਮ 'ਚ ਤੁਹਾਡੇ ਕੋਲ ਆਉਣ ਵਾਲੀ ਆ ਤੁਸੀਂ ਫਾਈਨਲ ਡੈਸਟੀਨੇਸ਼ਨ 'ਤੇ ਕਿੰਨੇ ਵਜੇ ਪਹੁੰਚੋਗੇ ਤੁਹਾਨੂੰ ਈਜ਼ੀ ਵੇਅ 'ਚ ਸਮਝਾਉਂਦੇ ਹਾਂ ਬੱਸ ਸਟਾਪ ਤੁਹਾਨੂੰ ਹਰ ਜਗ੍ਹਾ 'ਤੇ ਮਿਲ ਜਾਣਗੇ ਇਹ ਬਹੁਤ ਸੋਹਣਾ ਨੈਟਵਰਕ ਫੈਲਿਆ ਹੋਇਆ ਬੱਸ ਸਟਾਪ 'ਤੇ ਵੇਟ ਕਰਦੇ ਹੋਏ ਤੁਸੀਂ ਆਪਣੀ ਬੱਸ ਜੋ ਕਿ ਤੁਸੀਂ ਆਲਰੇਡੀ ਟ੍ਰਾਂਸਿਟ ਤੋਂ ਦੇਖ ਚੁੱਕੇ ਹੋ ਕਿ ਕਿੰਨੀ ਦੇਰ 'ਚ ਆਉਣ ਵਾਲੀ ਆ ਉਸ ਤੋਂ 5-10 ਮਿੰਟ ਪਹਿਲਾਂ ਆਪਣੇ ਸਟਾਪ 'ਤੇ ਪਹੁੰਚੋ ਸ਼ੁਰੂਆਤ ਸਾਰਿਆਂ ਦੀ ਇੱਥੇ ਹੁੰਦੀ ਆ ਪਰ ਤੁਹਾਨੂੰ ਸਭ ਤੋਂ ਪਹਿਲਾਂ ਵੇਟ ਕਰਨੀ ਪਏਗੀ ਅਗਰ ਉੱਥੇ ਆਲਰੇਡੀ ਕੋਈ ਪੈਸੰਜਰਸ ਉਤਰ ਰਹੇ ਨੇ ਇਹ ਥੋੜ੍ਹੇ ਜਿਹੇ ਲਾਈਕ ਰੂਲਸ ਨਹੀਂ ਆ ਤੁਹਾਨੂੰ ਮੰਨਣ ਦੀ ਲੋੜ ਨਹੀਂ ਬਟ ਥੋੜ੍ਹੇ ਜਿਹੇ ਪੋਲਾਈਟ ਵੇ ਆ ਜਾਂ ਕਹਿ ਲਓ ਕਿ ਥੋੜ੍ਹਾ ਮੈਨਰ ਐਂਡ ਜੈਸਚਰ ਸ਼ੋਅ ਹੁੰਦਾ ਵਾ ਅਨਦਰ ਟਿਪ ਸੋ ਆਲਵੇਸ ਵੇਟ ਫਾਰ ਦ ਪੀਪਲ ਹੂ ਆਰ ਇਨ ਦ ਬੱਸ ਉਹਨਾਂ ਨੂੰ ਨਿਕਲਣ ਤੋਂ ਪਹਿਲਾਂ ਜੇ ਕੋਈ ਨਹੀਂ ਨਿਕਲ ਰਿਹਾ ਗੋ ਹੈਡ ਬੱਸ 'ਤੇ ਚੜ੍ਹ ਜਾਓ ਸੋ ਚੜ੍ਹਦਿਆਂ ਸਾਰ ਤੁਸੀਂ ਆਪਣੇ ਰਾਈਟ ਸਾਈਡ 'ਤੇ ਦੇਖੋਗੇ ਕਿ ਜਿੱਥੇ ਆਪਾਂ ਕਾਰਡ ਟੈਪ ਕਰਨਾ ਉਹ ਵੀ ਇੱਕ ਮਸ਼ੀਨ ਜਾਂ ਇੱਕ ਸਕੈਨਰ ਲੱਗਾ ਹੋਇਆ ਜਦੋਂ ਤੁਸੀਂ ਇਸ ਕਾਰਡ ਨੂੰ ਟੈਪ ਕਰੋਗੇ ਉੱਤੇ ਇੱਕ ਗ੍ਰੀਨ ਲਾਈਟ ਵੀ ਆ ਜਾਏਗੀ ਅਤੇ ਨਾਲ ਇੱਕ ਬੀਪ ਵੀ ਵੱਜੇਗੀ ਜਿਹਨਾਂ ਡਰਾਈਵਰ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਟਰੈਵਲ ਕਰ ਸਕਦੇ ਹੋ ਅਤੇ ਬਾਈ ਚਾਂਸ ਤੁਹਾਡੇ ਫੰਡਸ ਨਾ ਹੋਣ ਉਹਦੇ ਕਾਰਡ ਦੇ ਵਿੱਚ ਜਾਂ ਕੋਈ ਵੀ ਪ੍ਰੋਬਲਮ ਕਰਕੇ ਤੁਹਾਡਾ ਕਾਰਡ ਨਾ ਚੱਲੇ ਤਾਂ ਉੱਥੇ ਰੈੱਡ ਮਾਰਕ ਆ ਜਾਏਗਾ ਸੋ ਇੱਕ ਹੋਰ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਇੱਥੇ ਟ੍ਰਾਂਜ਼ਿਟ ਦੇ ਵਿੱਚ ਤੁਸੀਂ ਜੇ ਡਰਾਈਵਰ ਦੇ ਨਾਲ ਬਦਤਮੀਜ਼ੀ ਕਰਦੇ ਹੋ ਫੋਰ ਐਗਜ਼ਾਮਪਲ ਕੁਛ ਵੀ ਹੋ ਜਾਂਦਾ ਵਾ ਤੁਹਾਨੂੰ ਔਨ ਦਾ ਸਪੋਟ ਟਿਕਟ ਮਿਲ ਸਕਦੀ ਆ ਡਰਾਈਵਰ ਨੇ ਤਾਂ ਬਿਨਾਂ ਕਿਸੇ ਨੂੰ ਪਤਾ ਲੱਗੇ ਕਾਲ ਕਰਦੇ ਨਹੀਂ ਆ ਕੋਪਸ ਨੂੰ ਕੁਛ ਵੀ ਹੁੰਦਾ ਵਾ ਤੁਹਾਨੂੰ ਇਹਨਾਂ ਦਾ ਚੀਜ਼ ਦਿਮਾਗ 'ਚ ਰੱਖਿਓ ਕਿ ਅਗਲੇ ਨੇ ਅਗਲਾ ਸਟੋਪ ਆਉਣ ਤੋਂ ਪਹਿਲਾਂ ਟ੍ਰਾਂਜ਼ਿਟ ਕੋਪਸ ਉੱਥੇ ਹੋਣਗੇ ਅਤੇ ਤੁਹਾਨੂੰ ਟਿਕਟ ਦੇ ਕੇ ਜਾਣਗੇ ਸੋ ਪੂਰੇ ਲੋਅਰ ਮੇਨਲੈਂਡ ਨੂੰ 3 ਜ਼ੋਨ 'ਚ ਡਿਵਾਈਡ ਕੀਤਾ ਹੋਇਆ ਵਾ ਫੋਰ ਟ੍ਰਾਂਜ਼ਿਟ ਪਰਪਸਿਸ ਜ਼ੋਨ 1 ਜ਼ੋਨ 2 ਜ਼ੋਨ 3 ਬਹੁਤ ਜ਼ਿਆਦਾ ਕਨਫਿਊਜ਼ਿੰਗ ਵਾਲੀ ਚੀਜ਼ ਨਹੀਂ ਹੈਗੀ ਇੰਜ ਹੁੰਦਾ ਕਿ ਕਈ ਲੋਕ ਜ਼ੋਨ 1 'ਚ ਰਹਿੰਦੇ ਆ ਅਤੇ ਉੱਥੇ ਤੁਹਾਡਾ ਜ਼ੋਨ 1 'ਚ ਹੀ ਲੈਟਸ ਏ ਕੰਮ ਹੈਗਾ ਵਾ ਸੋ ਤੁਹਾਨੂੰ ਤਿੰਨੇ ਜ਼ੋਨ 'ਤੇ ਪਾਸ ਖਰੀਦਣ ਦੀ ਲੋੜ ਨਹੀਂ ਹੈਗੀ ਓਬਵੀਅਸਲੀ ਜ਼ੋਨ 1 ਤਾਂ ਖਰੀਦੋਗੇ ਤਾਂ ਸਸਤਾ ਪਏਗਾ ਸਾਰੀ ਜ਼ੋਨਸ ਦਾ ਇਕੱਠਾ ਖਰੀਦੋਗੇ ਤਾਂ ਮਹਿੰਗਾ ਪਏ ਪਰ ਡਿਪੈਂਡਿੰਗ ਅਪੋਨ ਤੁਹਾਡਾ ਕੰਮ ਕਿੱਥੇ ਆ ਅਤੇ ਤੁਸੀਂ ਕਿੱਥੇ ਰਹਿੰਦੇ ਹੋ ਯੂ ਵਿਲ ਫਿਗਰ ਇਟ ਆਊਟ ਐਨੀਵੇਜ਼ ਸਟੂਡੈਂਟਸ ਵੀ ਅਗੇਨ ਇਹ ਥੋੜ੍ਹਾ ਡਿਫਰੈਂਟ ਆ ਸਟੂਡੈਂਟ ਕਾਰਡ 'ਤੇ ਤੁਸੀਂ ਜਿੱਥੇ ਮਰਜ਼ੀ ਟੈਪ ਕਰੋ ਆਲ ਜ਼ੋਨਸ ਇਨਕਲੂਡਿਡ ਭਾਵੇਂ ਜ਼ੋਨ 1 ਟੂ ਜ਼ੋਨ 3 ਜਾਓ ਜਿੱਥੇ ਮਰਜ਼ੀ ਜਾਓ ਇਟਸ ਆਲ ਕਵਰਡ ਜਿਹੜੇ ਬੰਦੇ ਆਪਣੇ ਕਾਰਡ 'ਚ ਪੈਸੇ ਰੀਚਾਰਜ ਕਰਕੇ ਟਰੈਵਲ ਕਰ ਰਹੇ ਆ ਉਹਨਾਂ ਨੂੰ ਪਤਾ ਲੱਗ ਹੀ ਜਾਏਗਾ ਕਿ ਉਹਨਾਂ ਦਾ ਕੰਮ ਕਿੱਥੇ ਆ ਸੋ ਉਹਨਾਂ ਨੂੰ ਕਿੰਨੇ ਜ਼ੋਨ ਦਾ ਪਾਸ ਬਾਏ ਕਰਨ ਦੀ ਲੋੜ ਹੈਗੀ ਆ ਅਤੇ ਨਹੀਂ ਇਹ ਜ਼ੋਨ ਦੇ ਚੱਕਰ 'ਚ ਆਹ ਵਾਲੀ ਵੀਡੀਓ ਥੋੜ੍ਹੀ ਡਿਫਰੈਂਟ ਆ ਬ੍ਰੈਂਪਟਨ ਤੋਂ ਆਈ ਡੋਨਟ ਨੋ ਹਾਊ ਇਟ ਵਰਕਸ ਦੇਅਰ ਬਟ ਇੱਥੇ ਜ਼ੋਨ ਦੇ ਵਾਈਜ਼ ਕੰਮ ਚੱਲਦਾ ਚਲੋ ਜੀ ਇਸ ਦੇ ਨਾਲ ਆਪਾਂ ਹੋ ਗਏ ਬੱਸ ਦੇ ਵਿੱਚ ਸਵਾਰ ਹੁਣ ਤੁਹਾਡੇ ਹੱਥ ਦੇ ਵਿੱਚ ਹੈਗਾ ਵਾ ਟ੍ਰਾਂਜ਼ਿਟ ਦਾ ਐਪ ਜਿੱਥੇ ਤੁਹਾਨੂੰ ਸ਼ੋਅ ਹੋ ਰਿਹਾ ਕਿ ਤੁਸੀਂ ਕਿਹੜੇ ਸਟੇਸ਼ਨ ਤੇ ਉਤਰਨਾ ਵਾ ਫੋਰ ਐਗਜ਼ਾਮਪਲ ਤੁਹਾਨੂੰ ਉਸ ਤੋਂ ਪਹਿਲਾਂ 10 ਸਟੇਸ਼ਨ ਸ਼ੋਅ ਹੋ ਰਹੇ ਹੋਣਗੇ ਬੱਸ ਡਰਾਈਵਰ ਹਰ ਸਟੇਸ਼ਨ ਤੇ ਨਹੀਂ ਰੁਕੇਗਾ ਬੱਸ ਡਰਾਈਵਰ ਸਿਰਫ ਉੱਥੇ ਰੁਕੇਗਾ ਜਿਹੜਾ ਕਿ ਟ੍ਰੈਵਲ ਕਰਦੇ ਵੇਲੇ ਦੇਖੇਗਾ ਕਿ ਕੋਈ ਬੱਸ ਸਟਾਪ ਤੇ ਖੜਾ ਵਾ ਐਂਡ ਅਗਰ ਕਿਸੇ ਬੱਸ ਸਟਾਪ ਤੇ ਕੋਈ ਨਾ ਨਹੀਂ ਖੜਾ ਉਹ ਉੱਥੋਂ ਬੱਸ ਤੋਂ ਸਿੱਧੀ ਚੱਲ ਜਾਏਗੀ ਬਟ ਲੈਟਸ ਸੇ ਤੁਸੀਂ ਉਹ ਵਾਲੇ ਬੱਸ ਸਟਾਪ ਤੇ ਉਤਰਨਾ ਵਾ ਜਿੱਥੇ ਕਿ ਕੋਈ ਨਹੀਂ ਖੜਾ ਫੋਰ ਦੈਟ ਤੁਹਾਡੇ ਸਟੇਸ਼ਨ ਆਉਣ ਤੋਂ ਪਹਿਲਾਂ ਇੱਕ ਵਾਇਰ ਹੁੰਦੀ ਆ ਉਹ ਵਾਇਰ ਪੁੱਲ ਕਰਨੀ ਆ ਜਾਂ ਇੱਕ ਸਟਾਪ ਦਾ ਬਟਨ ਹੁੰਦਾ ਵਾ ਉਹ ਸਟਾਪ ਦਾ ਬਟਨ ਪ੍ਰੈਸ ਕਰਨਾ ਵਾ ਸੋ ਦੈਟ ਡਰਾਈਵਰ ਨੂੰ ਪਤਾ ਲੱਗ ਜੇ ਕੋਈ ਨਾ ਕੋਈ ਬੱਸ 'ਚ ਬੈਠਾ ਹੋਇਆ ਵਾ ਜਿਹਨੇ ਨੈਕਸਟ ਸਟਾਪ ਤੇ ਉਤਰਨਾ ਵਾ ਬਾਈ ਚਾਂਸ ਅਗਰ ਤੁਸੀਂ ਤਾਰ ਪੁੱਲ ਕਰਨਾ ਭੁੱਲ ਜਾਂਦੇ ਹੋ ਤੇ ਉਸ ਸਟੇਸ਼ਨ ਤੇ ਵੀ ਕੋਈ ਨਹੀਂ ਖੜਾ ਯੂ ਵਿਲ ਮਿਸ ਯੂਰ ਸਟਾਪ ਕੱਲ ਟ੍ਰਾਂਸਿਟ ਐਪ ਤੇ ਵੀ ਤੁਹਾਨੂੰ ਰਿਲਾਈ ਕਰਨ ਦੀ ਲੋੜ ਨਹੀਂ ਕਿ ਤੁਸੀਂ ਗੂਗਲ ਮੈਪ ਵੀ ਡਾਊਨਲੋਡ ਕਰ ਸਕਦੇ ਹੋ ਜਿਨ੍ਹਾਂ ਨੂੰ ਗੂਗਲ ਮੈਪ ਯੂਜ਼ ਕਰਨਾ ਸੌਖਾ ਲੱਗਦਾ ਵਾ ਉਹ ਗੂਗਲ ਮੈਪ ਯੂਜ਼ ਕਰ ਲੈਣ ਡਸਨਟ ਮੈਟਰ ਤੁਸੀਂ ਆਪਣੀ ਡੈਸਟੀਨੇਸ਼ਨ ਪਾਓ ਕਿਹੜੇ ਪੁਆਇੰਟ ਤੋਂ ਪੁਆਇੰਟ ਏ ਟੂ ਪੁਆਇੰਟ ਬੀ ਜਿੱਥੇ ਵੀ ਜਾਣਾ
ਥੋੜੇ ਜਿਹੇ ਪੈਸੇ ਵੱਧ ਕੱਟੇ ਜਾਣਗੇ ਬਟ ਇਟਸ ਸਟਿਲ ਐਨ ਆਪਸ਼ਨ ਬੱਸ ਡਰਾਈਵਰ ਦੇ ਬਿਲਕੁਲ ਅੱਗੇ ਇੱਕ ਮਸ਼ੀਨ ਲੱਗੀ ਹੁੰਦੀ ਹੈ ਯੂ ਜਸਟ ਹੈਵ ਟੂ ਪੁੱਟ ਦ ਕੋਇਨਸ ਇਨ ਜੇ ਤੁਸੀਂ ਪੈਸੇ ਪਾਉਂਦੇ ਹੋ ਇੱਕ ਸਲਿੱਪ ਨਿਕਲਦੀ ਹੈ ਐਂਡ ਉਸ ਸਲਿੱਪ ਦਾ ਇਹ ਫਾਇਦਾ ਵਾ ਕਿ ਤੁਸੀਂ ਉਹ ਸਲਿੱਪ ਤੇ ਨੈਕਸਟ 90 ਮਿੰਟਸ ਤੱਕ ਕਿਸੇ ਵੀ ਬੱਸ ਤੇ ਟਰੈਵਲ ਕਰ ਸਕਦੇ ਹੋ ਉਸ ਜ਼ੋਨ 'ਚ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਹੋ ਆ ਸਕਦੇ ਹੋ ਕਿਉਂਕਿ ਉਹ ਤੁਹਾਡੇ ਪੈਸੇ ਪਾਏ 90 ਮਿੰਟਸ ਲਈ ਵੈਲਿਡ ਨੇ ਬਾਈ ਚਾਂਸ ਅਗਰ ਇਸ ਵੀਡੀਓ ਦੇ ਵਿੱਚ ਅਸੀਂ ਸਾਰੇ ਟੌਪਿਕਸ ਨਾ ਕਵਰ ਕਰ ਪਾਏ ਹੋਈਏ ਤੇ ਤੁਹਾਡੇ ਕੋਲ ਹਲੇ ਵੀ ਡਾਊਟਸ ਹੋਣ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ translink.ca ਤੇ ਉੱਥੇ ਇਦਾਂ ਦੇ ਜਨਰਲ ਕੁਐਸਚਨਸ ਤੇ ਆਨਸਰਸ ਤੁਹਾਨੂੰ ਮਿਲ ਜਾਣਗੇ ਤੇ ਜੀ ਆ ਰਿਹਾ ਇੱਕ ਹੋਰ ਮੈਥਡ ਆਪਣਾ ਕੰਪਸ ਕਾਰਡ ਰਿਚਾਰਜ ਕਰਨ ਦਾ ਸਕਾਈ ਟ੍ਰੇਨ ਸਟੇਸ਼ਨ ਤੇ ਤੁਹਾਨੂੰ ਇਦਾਂ ਦੀ ਮਸ਼ੀਨ ਮਿਲ ਜਾਏਗੀ ਜਿਹੜੀ ਤੁਸੀਂ ਕੰਪਸ ਕਾਰਡ ਰਿਚਾਰਜ ਕਰ ਸਕਦੇ ਹੋ ਜਿਹਦੇ ਨਾਲ ਇੱਥੇ ਟੈਪ ਕਰੋ ਇੱਥੇ ਤੁਹਾਡੇ ਕੋਲ ਆਪਸ਼ਨਸ ਆ ਗਈਆਂ ਰਿਚਾਰਜ ਦੀਆਂ ਆਪਣਾ ਪੇਮੈਂਟ ਵਾਲਾ ਤੁਸੀਂ ਕਾਰਡ ਪਾ ਸਕਦੇ ਹੋ ਵੀਜ਼ਾ ਕਾਰਡ ਮਾਸਟਰ ਕਾਰਡ ਕੋਈ ਵੀ ਕਾਰਡ ਉਸ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਕੈਸ਼ ਪਾਉਣ ਦੀ ਅਤੇ ਤੁਹਾਡੇ ਕੋਲ ਆਪਸ਼ਨ ਹੈਗੀ ਕੋਇਨਸ ਪਾਉਣ ਦੀ ਅਤੇ ਬੇਸਿਕਲੀ ਤੁਸੀਂ ਸਿਰਫ ਪੈਸੇ ਟ੍ਰਾਂਸਫਰ ਕਰਨੇ ਆਪਣੇ ਕੰਪਸ ਕਾਰਡ ਦੇ ਵਿੱਚ ਸੋ ਇਹ ਵੀ ਇੱਕ ਵੇ ਆ ਔਨਲਾਈਨ ਪ੍ਰੈਫਰ ਕਰਦਾ ਮੈਂ ਵੀ ਵੈਸੇ ਔਨਲਾਈਨ ਕਾਰਡ ਤਾਂ ਕਰਦੀ ਨਾ ਅਤੇ ਚਲੋ ਜਿਨ੍ਹਾਂ ਨੂੰ ਇਹ ਸੁੱਖ ਲੱਗਦਾ ਇਹ ਕਰ ਸਕਦੇ ਆ ਰਹੀ ਜੀ ਸਕਾਈ ਟ੍ਰੇਨ ਸਟੇਸ਼ਨ ਦੀ ਐਂਟਰੀ ਅਤੇ ਇਸ ਸਪੋਟ 'ਤੇ ਤੁਸੀਂ ਕਰਦੇ ਹੋ ਆਪਣਾ ਕਾਰਡ ਸਕੈਨ ਅਤੇ ਉਸ ਤੋਂ ਬਾਅਦ ਮਿਲ ਜਾਂਦੀ ਹੈ ਤੁਹਾਨੂੰ ਐਂਟਰੀ ਅਤੇ ਜਦੋਂ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਨੂੰ ਜਾਓਗੇ ਤਾਂ ਦੋ ਵੇਜ਼ ਦੇ ਵਿੱਚ ਸਕਾਈ ਟ੍ਰੇਨ ਚੱਲ ਰਹੀ ਹੋਏਗੀ ਅਤੇ ਜਿਨ੍ਹਾਂ 'ਤੇ ਲਿਖਿਆ ਹੋਏਗਾ ਟੂਵਰਡਸ ਵਾਟਰ ਫਰੰਟ ਉਹਦਾ ਮਤਲਬ ਹੈ ਉਹ ਵੈਂਕੂਵਰ ਵੱਲ ਨੂੰ ਚੱਲ ਰਹੀ ਹੈ ਅਤੇ ਜਿਹੜੀ 'ਤੇ ਲਿਖਿਆ ਹੋਏਗਾ ਟੂਵਰਡਸ ਕਿੰਗ ਜਾਰਜ ਉਹਦਾ ਮਤਲਬ ਉਹ ਸਰੀ ਨੂੰ ਆ ਰਹੀ ਹੈ ਸੋ ਆਈ ਹੋਪ ਆਹ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਰਹੀ ਹੋਵੇ ਤੁਹਾਨੂੰ ਕੁਛ ਨਵਾਂ ਸਿੱਖਣ ਵੀਡੀਓ 'ਚ ਮਿਲਿਆ ਹੋਵੇ ਅਤੇ ਅਗਰ ਆਪਣਾ ਕੋਈ ਟੋਪਿਕ ਤੁਸੀਂ ਕਵਰ ਕਰਾਉਣਾ ਚਾਹੁੰਦੇ ਹੋ ਜਿਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ ਯੂਟਿਊਬ ਤੋਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਮੈਂ ਉਹ ਟੋਪਿਕ ਜ਼ਰੂਰ ਕਵਰ ਕਰਾਂਗਾ ਸੋ ਇੱਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਫੋਰਐਵਰ ਪਰਦੇਸੀ ਨੂੰ ਇਹ ਸਿਰਫ ਇਨਫੋਰਮੇਟਿਵ ਵੀਡੀਓਜ਼ ਨਹੀਂ ਹੁੰਦੀਆਂ ਇੱਥੇ ਆਪਾਂ ਆਪਣੀ ਜਰਨੀ ਦਿਖਾ ਰਹੇ ਹਾਂ ਜਿਹੜੀ ਅਸੀਂ PR ਲੈਣ ਤੋਂ ਬਾਅਦ ਕੰਟੀਨਿਊ ਕੀਤੀ ਹੈ ਐਜ਼ ਅ ਸਟੂਡੈਂਟ ਅਸੀਂ ਆਏ ਸੀਗੇ PR ਤੋਂ ਬਾਅਦ ਕਿਵੇਂ ਕੰਟੀਨਿਊ ਕਰ ਰਹੇ ਹਾਂ ਆਪਣੀ ਲਾਈਫ ਇੱਥੇ ਇਸ ਕੰਟਰੀ ਨੂੰ ਕਿਵੇਂ ਆਪਣਾ ਬਣਾਇਆ ਵਾ ਉਹ ਸਾਰੀ ਜਰਨੀ ਆਨ ਦਾ ਵੇ ਦਿਖਾ ਰਹੇ ਹਾਂ ਡੇਲੀ ਵਲੌਗਿੰਗ ਵੀ ਆਪਾਂ ਕਰਦੇ ਹਾਂ ਜੇ ਤੁਸੀਂ ਇਸੇ ਵੀਡੀਓ ਤੋਂ ਜੁੜੇ ਹੋ ਪਲੀਜ਼ ਮੇਰੇ ਡੇਲੀ ਵਲੌਗਸ 'ਤੇ ਜਾ ਕੇ ਦੇਖੋ ਫੈਮਿਲੀ ਵਲੌਗਸ ਨੇ ਬਹੁਤ ਵਧੀਆ ਲੱਗਣਗੇ ਤੁਹਾਨੂੰ ਅਤੇ ਜੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੋਰਐਵਰ ਪਰਦੇਸੀ ਚੈਨਲ ਨੂੰ ਸੋ ਸੀ ਯੂ ਇਨ ਦਾ ਨੈਕਸਟ ਵੀਡੀਓ ਬਾਏ ਬਾਏ